ਖੁਸ਼ੀ ਹੈ ਵੀਰੇ। ਇਸ ਤਰ੍ਹਾਂ ਅਸੀਂ ਪਹਿਲਾਂ ਇਹਨੂੰ ਕਦੇ ਕੰਮ ਤੋਂ ਨਹੀਂ ਰੋਕਿਆ, ਹਮੇਸ਼ਾ ਪੜ੍ਹਦੇ ਰਹਿੰਦਾ ਸੀ ਇਹ, ਕਦੇ ਕੰਮ ਨੂੰ ਕਹਿੰਦੇ ਸੀ ਵੀ ਪੜ੍ਹੀ ਚੱਲ। ਸਾਨੂੰ ਪਤਾ ਵੀ ਅੱਜ ਇਹਨੇ ਸਾਡਾ ਪਿੰਡ ਦਾ ਨਾਂ ਰੋਸ਼ਨ ਕੀਤਾ, ਮੇਰੇ ਮਾਂ ਪਿਓ ਦਾ। ਬਾਕੀ ਮੈਂ ਪੰਚਾਇਤ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ, ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ। ਬਾਕੀ ਮੇਰੇ ਦੋਸਤ ਮਿੱਤਰਾਂ ਨੇ ਮੈਨੂੰ ਪੂਰੀਆਂ ਵਧਾਈਆਂ ਦਿੱਤੀਆਂ ਨੇ। ਬਾਕੀ ਕਾਲਜ ਵੱਲੋਂ 2-3 ਕਾਲਜਾਂ ਵੱਲੋਂ ਫੋਨ ਵੀ ਆ ਚੁੱਕਿਆ ਵੀ ਬਹੁਤ ਸਾਡਾ ਕਾਲਜ ਦਾ ਨਾਂ ਕੀਤਾ, ਰੋਸ਼ਨ ਕੀਤਾ, ਕੱਲ੍ਹ ਨੂੰ ਕਾਲਜ ਵਿੱਚ ਵੀ ਇਹਨਾਂ ਨੂੰ ਬੁਲਾਇਆ। ਬਾਕੀ ਅਸੀਂ ਭਗਵੰਤ ਸਿੰਘ ਜੀ ਮਾਨ ਨੂੰ ਬੇਨਤੀ ਕਰਦੇ ਹਾਂ ਵੀ ਉਹਨਾਂ ਨੇ ਕਿਹਾ ਸੀ ਵੀ ਜੋ ਵੀ ਬੱਚਾ ਆਪਦੀ ਮਿਹਨਤ ਸਦਕਾ ਉੱਪਰ ਉੱਠ ਕੇ ਆਉਂਦਾ ਤਾਂ ਅਸੀਂ ਉਹਨੂੰ ਨੌਕਰੀ ਦੇ ਯੋਗ ਦੇਵਾਂਗੇ। ਆ ਤੁਹਾਡੇ ਸਾਹਮਣੇ ਆ ਗੋਲਡ ਮੈਡਲ ਲੈ ਕੇ ਆਇਆ, ਬੇਨਤੀ ਕਰਦੇ ਹਾਂ ਭਗਵੰਤ ਸਿੰਘ ਮਾਨ ਜੀ ਨੂੰ ਵੀ ਉਹ ਨੌਕਰੀ ਵੱਲ ਵੀ ਥੋੜ੍ਹਾ ਜਿਹਾ ਕਰੇਜ਼ ਕਰਨ ਬੱਚਿਆਂ ਵੱਲ ਜੋ ਗੋਲਡ ਮੈਡਲ ਲੈ ਕੇ ਆਉਂਦੇ ਨੇ। ਹਾਂਜੀ, ਸਾਡੇ ਨਗਰ ਫਾਫੜੇ ਭਾਈਕਿਆਂ ਵਾਸਤੇ ਇਹ ਬਹੁਤ ਮਾਣ ਦੀ ਗੱਲ ਆ, ਮਾਪਿਆਂ ਵਾਸਤੇ ਬਹੁਤ ਮਾਣ ਦੀ ਗੱਲ ਆ ਕਿ ਸਾਡਾ ਲੜਕਾ ਇੰਦਰਜੀਤ ਸਿੰਘ ਜੋ ਕਿ MA ਹਿਸਟਰੀ ਵਿੱਚ ਪਹਿਲੇ ਸਥਾਨ 'ਤੇ ਆਇਆ ਅਤੇ ਪਟਿਆਲਾ ਯੂਨੀਵਰਸਿਟੀ ਵੱਲੋਂ ਉਸਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸੋ ਸਾਡੇ ਨਗਰ ਵਾਸਤੇ, ਸਾਡੇ ਮਾਨਸਾ ਜ਼ਿਲ੍ਹੇ ਵਾਸਤੇ ਅਤੇ ਸਾਰੇ ਇਲਾਕੇ ਵਾਸਤੇ ਇਹ ਬਹੁਤ ਮਾਣ ਦੀ ਗੱਲ ਆ ਅਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। ਵਾਹਿਗੁਰੂ ਇਸ ਬੱਚੇ ਨੂੰ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ੇ। ਅਸੀਂ ਭਗਵੰਤ ਮਾਨ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਡੇ ਇਸ ਹੋਣਹਾਰ ਬੱਚੇ ਨੂੰ ਜਲਦੀ ਹੀ ਨੌਕਰੀ ਦੇ ਕੇ ਨਿਵਾਜਿਆ ਜਾਵੇ। ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਕਰਾਈ ਆ, ਆਪਦੇ ਬੱਚੇ ਨੂੰ ਹਰੇਕ ਬੰਦਾ ਆਇਆ ਪੜ੍ਹਾਓ। ਬਹੁਤ ਮਿਹਨਤ ਨਾਲ ਬੱਚੇ ਪੜ੍ਹਾਏ ਨੇ, ਆਪਦੀ ਗਰੀਬੀ ਨਾਲ ਪੜ੍ਹਾ ਕੇ ਪਾਤਾ ਐਡੀ ਦੂਰ ਆ। ਆਪਦੇ ਬੱਚੇ ਸਾਨੂੰ ਬਹੁਤ ਮਾਣ ਆ ਜੀ, ਸਾਨੂੰ ਬਹੁਤ ਖੁਸ਼ੀ ਆ, ਬਾਕੀ ਪਰਿਵਾਰ ਨੂੰ ਆਪਦੇ ਬਹੁਤ ਖੁਸ਼ੀ ਆ, ਪਿੰਡ ਨੂੰ ਬਹੁਤ ਖੁਸ਼ੀ ਆ, ਸਾਡੇ ਬੇਕਰ ਨਾਲ ਹਾਂਜੀ ਬਹੁਤ ਆ ਜੀ। ਹਾਂਜੀ ਹਾਂ, ਸ਼ੁਰੂ ਤੋਂ ਲਿਆ ਕੇ ਸਾਰਾ ਕੁਛ ਆ ਜੀ। ਪਿੰਡ ਫਾਫੜੇ ਭਾਈਕੇ ਅਤੇ ਸਾਰਾ ਸਮੂਹ ਨਗਰ ਤਹਿ ਦਿਲੋਂ ਪਹਿਲਾਂ ਸਾਡੇ ਪਿੰਡ ਦਾ ਜਿਨ੍ਹਾਂ ਨੇ ਨਾਂ ਰੋਸ਼ਨ ਕੀਤਾ, ਇੰਦਰਜੀਤ ਸਿੰਘ ਪੁੱਤਰ ਕਾਕਾ ਰਾਮ ਪੰਡਿਤ ਜੀ ਜੋ ਕਿ ਪਟਿਆਲਾ ਯੂਨੀਵਰਸਿਟੀ 'ਚੋਂ ਅਤੇ ਆਪਣਾ ਮੈਡਲ ਪ੍ਰਾਪਤ ਕਰਕੇ ਆਏ ਨੇ, ਅਤੇ ਇਹਨਾਂ ਦਾ ਅਸੀਂ ਪਿੰਡ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਇਹਨਾਂ ਦਾ ਅੱਜ ਜੋ ਸਾਰੇ ਪਿੰਡ ਨੇ ਮਿਲ ਕੇ ਬੱਸ ਸਟੈਂਡ ਤੋਂ ਲੈ ਕੇ ਘਰ ਤੱਕ ਆ ਕੇ ਇਹਨਾਂ ਦਾ ਮਤਲਬ ਸਨਮਾਨਿਤ ਵੀ ਕੀਤਾ, ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪਿੰਡ ਦਾ ਨਾਂ ਰੋਸ਼ਨ ਕਰਤਾ, ਭਾਈ ਵੱਲੋਂ ਧਰਤੀ ਦਾ ਨਾਂ ਰੋਸ਼ਨ ਕੀਤਾ ਅਤੇ ਜ਼ਿਲ੍ਹਾ ਦਾ ਨਾਂ ਰੋਸ਼ਨ ਕੀਤਾ ਅਤੇ ਨਾਲ ਨਾਲ ਪਟਿਆਲਾ ਯੂਨੀਵਰਸਿਟੀ ਦਾ ਨਾਂ ਰੋਸ਼ਨ ਕੀਤਾ ਅਤੇ ਜੋ ਇਹ ਮੈਡਲ ਲੈ ਕੇ ਆਏ ਨੇ ਜਿਹੜੇ 'ਚ ਪੰਜਾਬੀ MA MA ਹਿਸਟਰੀ 'ਚੋਂ, ਉਹ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੋ ਪੰਜਾਬ 'ਚ ਇਹਨਾਂ ਨੇ ਨਾਂ ਚਮਕਾਇਆ, ਪੰਜਾਬ ਦਾ ਵੀ, ਪਟਿਆਲਾ ਯੂਨੀਵਰਸਿਟੀ ਦਾ ਵੀ ਅਤੇ ਸਾਡੇ ਮਾਨਸਾ ਇਲਾਕੇ ਦਾ ਤਾਂ ਚਮਕਾਏ ਚਮਕਾਏ, ਪਿੰਡ ਫਾਫੜੇ ਭਾਈਕੇ ਦਾ ਵੀ ਚਮਕਾਏ ਚਮਕਾਏ। ਹਾਂਜੀ, ਮੈਂ MA ਹਿਸਟਰੀ 'ਚੋਂ ਸਾਰੇ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਆਇਆ ਹਾਂ ਅਤੇ ਇਸ ਦੇ ਪਿੱਛੇ ਮੈਂ ਆਪਦਾ ਸਾਰਾ ਯੋਗਦਾਨ ਆਪਣੇ ਮਾਂ ਪਿਓ ਅਤੇ ਆਪਣੇ ਕਾਲਜ ਦੇ ਸਟਾਫ 'ਤੇ ਸਿਰ ਇਸ ਦਾ ਸਿਹਰਾ ਬੰਨਦਾ ਹਾਂ ਅਤੇ ਇਸ ਦੇ ਨਾਲ ਹੀ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ, ਮੇਰੀ ਫੈਮਿਲੀ, ਮੇਰੇ ਘਰ ਪਰਿਵਾਰ ਦੇ, ਮੇਰਾ ਭਰਾ, ਮੇਰਾ ਵੱਡਾ ਭਰਾ, ਮੇਰਾ ਡੈਡੀ ਸ਼੍ਰੀ ਕਾਕਾ ਰਾਮ ਜੀ ਅਤੇ ਮੇਰੇ ਕਾਲਜ ਦੇ ਟੀਚਰ, ਉੱਥੋਂ ਦੇ HOD, ਸਾਰਿਆਂ ਨੇ ਮੈਨੂੰ ਹਰ ਇੱਕ ਤਰ੍ਹਾਂ ਦੇ ਵਿੱਤੀ ਮਾਮਲੇ ਜਾਂ ਕਿਸੇ ਵੀ ਤਰ੍ਹਾਂ ਦੇ ਸੰਕਟ ਸਮੇਂ ਮੈਨੂੰ ਪੜ੍ਹਾਈ ਤੋਂ ਪਿੱਛੇ ਨਹੀਂ ਹੋਣ ਦਿੱਤਾ, ਹਮੇਸ਼ਾ ਮੇਰੇ ਨਾਲ ਖੜ੍ਹੇ ਰਹੇ, ਜਿਹਦੇ ਕਰਕੇ ਮੈਂ ਅੱਜ ਪੰਜਾਬ 'ਚੋਂ ਗੋਲਡ ਮੈਡਲ ਪ੍ਰਾਪਤ ਕੀਤਾ। ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕਿ ਮਿਹਨਤ ਦਾ ਪੱਲਾ ਕਿਤੇ ਵੀ ਛੱਡਣਾ ਨਹੀਂ ਚਾਹੀਦਾ, ਬਹੁਤ ਜਿੱਤਾਂ ਹਾਰਾਂ ਹੁੰਦੀਆਂ ਹੀ ਰਹਿੰਦੀਆਂ ਨੇ, ਆਖਿਰਕਾਰ ਬੰਦੇ ਨੂੰ ਇੱਕ ਦਿਨ ਆਪਦੀ ਮੰਜ਼ਿਲ ਮਿਲ ਜਾਂਦੀ ਹੈ, ਅਸਫਲਤਾ ਨਾਲ ਹੀ ਅਸਫਲਤਾ ਮਿਲਦੀ ਆ। ਪਹਿਲਾਂ ਬੰਦਾ ਫੇਲ ਹੁੰਦਾ, ਡਿੱਗਦਾ ਉੱਠਦਾ, ਫਿਰ ਇੱਕ ਨਾ ਇੱਕ ਦਿਨ ਆ ਕੇ ਉਹ ਬੰਦਾ ਕਾਮਯਾਬ ਹੋ ਜਾਂਦਾ, ਜਿਹਦੀ ਉਦਾਹਰਨ ਮੈਂ ਤੁਹਾਡੇ ਸਾਹਮਣੇ ਪੇਸ਼ ਕਰਤੀ। ਹਾਂਜੀ, ਪਿੰਡ ਵਾਲੇ ਵੀ ਖੁਸ਼ ਨੇ, ਮੇਰਾ ਬੇੜਾ, ਸਾਡੀ ਸੈਨਾਪਤੀ, ਉੱਥੋਂ ਪਿੰਡ ਦੇ ਸਰਪੰਚ, ਸਾਰੇ ਮੈਂਬਰ, ਸਾਰਿਆਂ ਨੂੰ ਮਤਲਬ ਕਿ ਮੇਰੇ ਆਉਣ 'ਤੇ ਬਹੁਤ ਖੁਸ਼ੀ ਹੋਈ ਅਤੇ ਸਾਡੇ ਪਿੰਡ ਦਾ ਨਾਮ ਰੋਸ਼ਨ, ਪਿੰਡ ਫਾਫੜੇ ਭਾਈਕੇ ਦਾ ਨਾਮ ਫਿਰ ਤੋਂ ਰੋਸ਼ਨ ਹੋ ਗਿਆ।